ਦੋਸਤੀ ਹੈ, ਜਿਹੜਾ ਵੀ ਬਾਹਰ ਗਿਆ ਉਹਦੇ ਖਿਲਾਫ ਪੁਆਇੰਟ ਹੈ। ਕਰਤਾਰ ਜੀ ਕੋਈ ਨੀ ਦੇਖਣਾ, ਜੋ ਵੀ ਹੋਏ ਜਿਹੜਾ ਬਾਹਰ ਗਿਆ ਉਹਦੇ ਖਿਲਾਫ ਪੁਆਇੰਟ ਹੈ। ਹਾਂ ਵੋਟਾਂ ਨੀ ਫੜਨਾ, ਪਤਾ ਇਹਨਾਂ ਨੂੰ, ਜੇ ਫੜਦੇ ਆ ਤਾਂ ਉਹਦੇ ਖਿਲਾਫ ਕੁਸ਼ਤੀ ਹੈ। ਚਲੋ 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 ਆ ਫਿਰ ਮਰਾਦ ਲਈ ਪਿਆ ਪੁਆਇੰਟ ਤੇ ਜਿਹੜਾ ਹੋ ਗਿਆ ਰਾਬੜੀ ਸਾਹਿਬ, ਗੱਡੀਆਂ ਕੁਸ਼ਤੀਆਂ ਨੇ ਆਹ ਦੋ ਚਾਰ ਕੁਸ਼ਤੀਆਂ ਨੇ ਤੇ ਪਹਿਲਵਾਨਾਂ ਨੇ ਰੋਲਾ ਹੀ ਬੋਲ ਰਿਹਾ। ਆਓ ਆਓ ਟੈਲ ਕੁਸ਼ਾ, ਇਹ ਦੇਖੋ ਸੁਭਾਸ਼ ਵਾਲੀ ਕੁਸ਼ਤੀ, ਸੁਭਾਸ਼ ਵਾਲੀ ਕੁਸ਼ਤੀ ਚੱਲਦੀ ਹੈ ਦੇਖੋ, ਉੱਧਰ ਚੈਨ ਵਾਲੀ ਕੁਸ਼ਤੀ ਚੱਲਦੀ ਹੈ, ਚੈਨ ਤੇ ਬਿੱਲਾ ਇੱਧਰ ਮੁਦੱਸਰ ਡੋਡਾ ਜਿਹੜਾ ਕਿ ਪੁਆਇੰਟ ਦੇ ਧਾਰ ਤੇ ਜਿੱਤਿਆ, ਮੁਦੱਸਰ ਪਹਿਲਵਾਨ ਕੁਸ਼ਤੀ ਨੇ ਜਿੱਤ ਪ੍ਰਾਪਤ ਕਰ। ਆ ਸਲਮਾਨ ਸਪੀਡ, ਸਲਮਾਨ ਜਲਦੀ ਪੁੱਛ, ਸਲਮਾਨ ਸੁਨੀਲ ਚਲੋ ਚਲੋ ਬੱਚੇ ਲੋ, ਸੁਨੀਲ ਤੇ ਸਲਮਾਨ ਆਓ ਜਲਦੀ ਬੱਚੇ, ਸੁਨੀਲ ਪਹਿਲਵਾਨ ਕੋਟ ਭਲਵਾਲ, ਪਤਰੀਆ ਕਲਵੀਰ ਪਹਿਲਵਾਨ, ਬਹੁਤ ਵਧੀਆ ਕੁਸ਼ਤੀ ਹੋਣੀ ਆ ਤੁਹਾਡੇ ਦਰਮਿਆਨ ਦੋਨਾਂ ਮੱਲਾਂ ਨੇ। ਹਾਂਜੀ ਚੈਨ ਤੇ ਬੱਲੇ 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 ਬੱਲੇ, ਪਰ ਨਹੀਂ ਸਾਫ ਕੁਸ਼ਤੀ ਲੜੀ ਹੈ, ਬਿਲਕੁਲ ਮੁੰਡੇ ਜਿਹੜੇ ਜ਼ਮੀਨ ਤੇ ਲੱਗਣੇ ਚਾਹੀਦੇ ਹੈ, ਦੋਨੇ ਮੁੰਡੇ ਸਾਫ ਜਿਹੜੇ ਜ਼ਮੀਨ ਤੇ ਲੱਗਣੇ ਚਾਹੀਦੇ ਹੈ। ਚੈਨ ਤੇ ਬੰਦਾ ਅਮਿਤ ਤੇ ਸੁਭਾਸ਼, ਸੁਨੀਲ ਤੇ ਸਲਮਾਨ ਖਾਨ, ਇਹ ਵੀ ਬਿਲਕੁਲ ਨਵੀਂ ਕੁਸ਼ਤੀ ਹੈ। ਮੈਦਾਨ ਦੇ ਵਿੱਚ ਸ਼ੁਰੂ ਹੋਈ ਹੈ, ਸੁਨੀਲ ਪਹਿਲਵਾਨ ਕੋਟ ਭਲਵਾਲ, ਕੋਟ ਭਲਵਾਲ ਜੰਮੂ ਦਾ ਪਹਿਲਵਾਨ ਹੈ, ਲਾਲ ਗੋਰ ਦੇ ਵਿੱਚ ਸੱਟ ਲੱਗੀ ਸੀ ਜੀ ਮਲ ਦੇ, ਅੱਜ ਸ਼ਾਇਦ 5-6 ਮਹੀਨੇ ਤੋਂ ਬਾਅਦ ਪਹਿਲੀ ਕੁਸ਼ਤੀ ਹੈ ਇਸ ਨੌਜਵਾਨ ਦੀ, ਔਰ ਸਲਮਾਨ ਦੇ ਨਾਲ ਵੀ ਬਿਲਕੁਲ ਨਵੀਂ ਕੁਸ਼ਤੀ ਔਰ ਪਹਿਲੀ ਕੁਸ਼ਤੀ ਹੈ। ਇੱਕ ਪਾਸੇ ਚੜ੍ਹਦੀ ਜਿਹੀ ਉਮਰ ਹੈ, ਬਿਲਕੁਲ ਨਵੀਂ ਉਮਰ, ਤੇ ਸਲਮਾਨ ਖਾਨ ਪਹਿਲਵਾਨ ਇੱਕ ਵੱਡਾ ਤਜਰਬਾ ਪਹਿਲਵਾਨੀ ਦਾ। ਇਹ ਚੈਨ ਸਿੰਘ ਰਿਆਸੀ
ਜੀ ਚੈਨ 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 ਇੱਕ ਡਾਈ ਮਾਰਨੀ ਹੈ ਭਾਈ, ਚੈਨ ਡਾਈ ਮਾਰਨੀ ਹੈ ਭਾਈ, ਤਾੜੀਆਂ ਮਾਰ ਦਿਓ। ਇਹ ਚੈਨ ਸਿੰਘ ਰਿਆਸੀ, ਰਿਆਸੀ ਜ਼ਿਲ੍ਹੇ ਦਾ ਬੱਬਰ ਸ਼ੇਰ ਪਹਿਲਵਾਨ ਹੈ ਭਾਈ। ਕੁਲਵੀਰ ਕੋਟਪਲਵਾਲ ਮਾਮਸੈਨ ਆਰਸਪੁਰਾ, ਭਾਈ ਜਬਰਾਜ ਮਰਜਾਲੀ, ਭਾਈ ਮਰਾਲ ਕਿੰਦਰਾ, ਮਾਨਸੈਨ ਜੇਕੇਪੀ ਤੇ ਕੁਲਵੀਰ ਕੋਟਪਲਵਾਲ, ਜਬਰਾਜ ਮਰਜਾਲੀ ਦੇ ਮਾਨਸੈਨ ਦੇ ਮੇਲ, ਭਾਈ ਮਦਨ ਦੇ ਜਰਨੇਲ ਟੋਲੀ ਟੋਲੀ ਅਨਿਲ ਮਾਰ ਇਹਨਾਂ ਨੂੰ ਬਾਜ, ਕੁਲਵੀਰ ਦੇ ਮਾਨਸੈਨ, ਮਾਨਸੈਨ ਦੇ ਜਬਰਾਜ, ਮਦਨ ਦੇ ਜਰਨੇਲ, ਬਲਜੀਤ ਦਾ ਅਨਿਲ। ਬਈ ਇਹ ਪਹਿਲਵਾਨਾਂ ਨੂੰ ਪਤਾ ਸਾਰਿਆਂ ਨੂੰ ਵੀ ਹੁਣ ਲੇਟ ਹੋ ਰਿਹਾ, ਹਨੇਰਾ ਹੋ ਰਿਹਾ ਯਾਰ। ਪਹਿਲਵਾਨਾਂ ਸੁਣੋ, ਹਨੇਰੇ ਚ ਕੀ ਦੇਖਣਾ ਫਿਰ, ਵੱਡੀਆਂ ਕੁਸ਼ਤੀਆਂ ਦਾ ਮਜ਼ਾ ਇਸ ਟਾਈਮ ਵੱਡੀ ਕੁਸ਼ਤੀ ਹੋਣੀ ਚਾਹੀਦੀ। ਪਹਿਲਵਾਨ ਬਾਹਰ 2-2 ਕਿਲੋਮੀਟਰ ਜਾ ਕੇ ਬੈਠੇ ਆ, 100-100 ਬਾਜਾਂ ਮਾਰੀਆਂ ਭਾਈ ਕੁਲਵੀਰ ਕੋਟਪਲਵਾਲ, ਭਾਈ ਜਰਨੇਲ ਰਿਆਸੀ, ਅਖਾੜਾ ਕਾਲਕਾ ਮੰਦਿਰ ਮਦਨ ਸਿੰਘ ਪਹਿਲਵਾਨ, ਅਖਾੜਾ ਰੋਡ ਦਮੇਲ। ਬੜਾ ਵਧੀਆ ਮੁਕਾਬਲਾ ਚੱਲਦਾ ਹੋਇਆ ਸਲਮਾਨ ਪਹਿਲਵਾਨ ਉਧਮਪੁਰ, ਅਖਾੜਾ ਰੋਡ ਦਮੇਲ ਤੇ ਸੁਨੀਲ ਪਹਿਲਵਾਨ ਕੋਟਪਲਵਾਲ ਪੱਠਾ ਏਅਰਟੈਲ ਗੋ ਸਾਹਿਬ ਦਾ। ਮੈਂ ਕਿਹਾ ਏਅਰਟੈਲ ਗੋ ਸਾਹਿਬ ਨੇ ਬੜੀ ਵੱਡੀ ਭਾਈ ਮਾਨਸੈਨ ਦੇ ਮਦਨ ਪੁੱਛ ਗਏ, ਭਾਈ ਕੁਲਵੀਰ ਦੇ ਜਰਨੇਲ ਵੀ ਪੁੱਛੋ, ਭਾਈ ਮਾਨਸੈਨ ਦੇ ਮਦਨ ਪੁੱਛ ਗਏ, ਕੁਲਵੀਰ ਦੇ ਜਰਨੇਲ ਵੀ ਪੁੱਛੋ। ਮਦਨ ਮਦਨ ਇਹਦਾ ਬਾਲ ਬਿਟਾ, ਭਾਈ ਕੁਲਵੀਰ ਟੋਲੀ ਟੋਲੀ ਟੋਲੀ, ਭਾਈ ਕੁਲਵੀਰ ਦੇ ਜਰਨੇਲ ਜਿੱਥੇ ਵੀ ਮੇਰੀ ਆਵਾਜ਼ ਸੁਣਦੇ ਨੇ, ਬਲਜੀਤ ਡੇਰਾ ਬਾਬਾ ਨਾਨਕਾ ਨੀਲ ਰਿਆਸੀ, ਮਾਨਸੈਨ ਦਮੇਲ ਜਬਰਾਜ ਜਮੋ, ਮਦਨ ਮਦਨ ਕਰ ਤਿਆਰੀ, ਤੂੰ ਵਿੱਚ ਪੁੱਛ ਕੁਸ਼ਤੀ ਲਵਾਉਣਾ ਮੇਰਾ ਕੰਮ ਹੈ। ਮਾਨਸੈਨ ਦਮੇਲ ਦੇ ਮਦਨ ਰਿਆਸੀ, ਮੇਰਾ ਇਹੋ ਕੰਮ ਹੈ ਮੁੰਡੂ, ਜੇ ਦੂਜਾ ਨਹੀਂ ਪੁੱਛਿਆ ਕੁਸ਼ਤੀ ਉੱਥੇ ਕਰਾ ਦੇਵਾਂਗੇ। ਭਾਈ ਕੁਲਵੀਰ, ਭਾਈ ਕੁਲਵੀਰ ਦੇ ਜਰਨੇਲ ਪੁੱਜਣ, ਮਾਨਸੈਨ ਦੇ ਮਦਨ ਪੁੱਜਣ, ਅਖਾੜਾ ਬਿਲਕੁਲ ਖਾਲੀ ਹੈ, ਲੋਕਾਂ ਨੇ ਦੂਰ ਦੂਰ ਜਾਣਾ ਹੈ। ਅਨਿਲ ਤੇ ਬਲਜੀਤ, ਅਨਿਲ ਪਹਿਲਵਾਨ ਰਿਆਸੀ, ਬਲਜੀਤ ਡੇਰੇ ਬਾਬਾ ਨਾਨਕ, ਬਈ ਬੱਡੀ ਗੰਡੀ ਵਾਲੇ ਆ ਗਏ, ਬੱਬਾ ਦੇ ਨਿਸਾਰ ਜਿਹੜੇ ਨਹੀਂ ਗੁਲਦੇ ਉਹਨਾਂ ਦੀਆਂ ਕੁਸ਼ਤੀਆਂ ਕੈਂਸਲ ਨੇ, ਵੱਡੀ ਕੁਸ਼ਤੀ ਵਾਲੇ ਆ ਗਏ, ਨਸਾਰ ਜਿੱਥੇ ਵੀ ਬੈਠ ਸਕਦਾ ਜਲਦੀ ਆ ਗਏ ਖੜੇ ਵਿੱਚ, ਨਸਾਰ ਡੋਡਾ ਬੱਬਾ ਕੋਟਪਲਵਾਲ ਤੇ ਦੋਨੇ ਪਹਿਲਵਾਨ ਜਲਦੀ ਪੁੱਜੋ ਖੜ ਵਿੱਚ। ਸਾਡੇ
ਟੋਨੀ ਸ਼ਾਹ ਜੀ ਵੀ ਭੇਜੇ ਹੈ ਰਿਆਸੀ ਵਾਲੇ, ਵੱਡਾ ਧੰਨਵਾਦ ਕਰਦੇ ਹੈ। ਮੇਰੀ ਆਵਾਜ਼ ਸੁਣਦੇ ਇੱਧਰ ਆ ਜਾਓ ਥੱਲੇ ਖਾੜੇ ਵਿੱਚ, ਇੱਧਰ ਆ ਕੇ ਬੈਠੋ ਆਰਾਮ ਨਾਲ। ਹਾਂ ਵਾਕਿਆ ਕੁਸ਼ਤੀ ਨੂੰ ਬੜਾ ਪਿਆਰ ਕਰਦੇ ਹੈ, ਵਾਕਿਆ ਵੱਡੇ ਜੰਗਲਾਂ ਵਿੱਚ ਹਰ ਜਗ੍ਹਾ ਪਹੁੰਚਦੇ ਜਿੰਨੇ ਵੀ ਦਰਸ਼ਕ ਸਾਡੇ ਗ੍ਰਾਮ ਰਿਆਸੀ ਵਾਕਿਆ ਕਟਰਾ ਪੂਰੇ ਸਾਡੇ ਡਿਸਟ੍ਰਿਕਟ ਰਿਆਸੀ ਜਿਹੜਾ ਅੱਜ ਪੁੱਜਾ ਹੋਇਆ ਜੰਮੂ, ਪੂਰੀ ਦੁਨੀਆਂ ਚ ਸੂਝਣਦਾਰ ਦਿਮਾਗ ਦੀ ਧਰਤੀ ਪੁੱਜੀ ਹੈ ਭਾਈ ਰਿਆਸੀ ਸੁਣਦਾ ਖਾੜਿਆਂ ਪੁੱਜੇ ਆਕਲ ਵੀ ਰਾਹ ਵਿੱਚ ਆਓ ਵੀ ਆਓ ਜਰਨੈਲ ਜਰਨੈਲ ਰਿਆਸੀ ਜਲਦੀ ਆਓ, ਅਨਿਲ ਰਿਆਸੀ ਤੇ ਬਲਜੀਤ ਡੇਰਾ ਬਾਬਾ ਨਾਨਕ ਇਹ ਵੀ ਪਹਿਲਵਾਨ ਜਲਦੀ ਆਓ। ਔਰ ਫਿਰ ਚੱਲਦੀ ਹੈ ਕੁਸ਼ਤੀ ਮੈਦਾਨ ਦੇ ਵਿੱਚ ਸ਼ਿਵਾਸ਼ ਤੇ ਅਮਿਤ ਪਹਿਲਵਾਨ ਆਰ ਐਸ ਪਰ ਬਾਈ ਤਾੜੀਆਂ ਲਾ ਦਿਓ ਜ਼ੋਰਦਾਰ ਦਰਸ਼ਕੋ ਪੱਲੇ 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 ਇੱਧਰ ਜੋਤ ਜਾਨ ਬੁਰੀ ਲੱਗੀ ਹੋਈ ਹੈ ਰੱਬੀ ਜਾਨ ਤੋੜਾ ਤੋੜਾ ਲੱਗੀ ਹੋਈ ਹੈ ਨਹੀਂ ਮੇਰੀ ਸਭ ਚਲੋ 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 ਸਵਾਸ਼ ਤੇ ਅਮਿਤ ਪਹਿਲਵਾਨ ਆਰ ਐਸ ਪਰ ਚਲੋ ਚਲੋ ਟਲ ਕੇ ਸਭ ਤੇ ਕਰਤਾਰ ਵਾਕਿਆ ਕੁਸ਼ਤੀਆਂ ਤੇ ਬੜੀ ਨਿਗਾਹ ਟਿਕਾ ਕੇ ਰੱਖਣੀ ਹੈ, ਵੱਡੀਆਂ ਕੁਸ਼ਤੀਆਂ ਨੇ ਬਿਲਕੁਲ ਧਿਆਨ ਜਿਹੜਾ ਕੁਸ਼ਤੀਆਂ ਤੇ ਰੱਖਣਾ। ਅਨਿਲ ਪਾਲ ਮਤੇ ਪਿਆਜੀ ਤੇ ਬਲਜੀਤ ਬਲਜੀਤ ਤੇਰਾ ਬਾਬਾ ਨਾਨਕ ਮਾਮ ਮਾਮ ਵਿੱਚ ਅਖਾੜਾ ਖਾ ਲਈਏ ਵਿੱਚ ਪੁੱਜ ਚਲੋ ਵੀ ਚਲੋ ਦੋ ਮੁਕਾਬਲੇ ਮੈਦਾਨ ਦੇ ਵਿੱਚ ਚੱਲਦੇ ਆ ਸੁਨੀਲ ਤੇ ਸਲਮਾਨ ਉਹਦੇ ਉੱਪਰ ਆਰ ਰੌਣ ਦੇ ਮੇਲ ਵਾਕਈ ਦੇਖਾਂਗੇ ਕਿਹੜਾ ਜਿੱਤਦਾ ਕਿਹੜਾ ਹਾਰਦਾ ਬਾਤਾਂ ਸਮੇਂ ਦੀਆਂ ਭਾਈ ਅਨਿਲ ਕਿੱਧਰ ਗਿਆ ਅਨਿਲ ਹਥਿਆਰ ਵੈਰੀ ਗੁੱਡ ਭਾਈ ਬਲਜੀਤ ਪਹਿਲਵਾਨ ਪੰਜਾਬ ਪੁਰਾਣ ਪਾਵਰ ਮਾਲੀ ਪੁੱਜੋ ਵਿੱਚ ਬਲਜੀਤ ਆਓ ਜਲਦੀ ਦੋ ਨੰਬਰ ਦੀ ਝੰਡੀਆਂ ਲਵਾ ਦੇਣੀ ਅਸੀਂ ਨਾਲ ਹੀ ਆਓ ਜਲਦੀ ਆਓ ਬਲਜੀਤ ਤੇ ਅਨਿਲ ਨਸਾਰ ਤੇ ਬੱਬਾ ਭਾਈ ਨਸਾਰ ਜਲਦੀ ਆਓ ਬਾਹਰ ਨੀ ਵਿੱਚ 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 ਬਾਹਰ ਨੀ ਜਾਣਾ ਚਲੋ ਦੋਨੇ ਪੈਰ ਬਣ ਵਿੱਚ ਬਿਸਲ ਮਾਰੋ ਪਿਤਾ ਜੀ ਬਿਸਲ ਮਾਰ ਕੇ ਸ਼ਰਾ ਕੇ ਸੈਂਟਰ ਵਿੱਚ ਆਓ ਚਲੋ ਚਲੋ ਸੁਨੀਲ ਚਲੋ ਚਲੋ ਜੇ ਅਗਲੀ ਵਾਰ ਬਾਹਰ ਵੱਲੋ ਜਿਹੜਾ ਦੇਖੋ ਬਾਰ ਬਾਰ ਬਾਹਰ ਜਾਂਦਾ ਥੱਲੇ ਬਿੜਾ ਦਿਓ ਜਿਹੜਾ ਬਾਰ ਬਾਰ ਜਾਣ ਬੁੱਝ ਕੇ ਬਾਹਰ ਜਾਂਦਾ ਟੋਲੀ ਟੋਲੀ ਸਵਾਜ ਤੇ ਅਮਿਤ ਵਾਲੀ ਜਿਹੜੀ ਪੁਆਇੰਟ ਤੇ ਕੁਸ਼ਤੀ ਹੈ ਆ ਜਾ ਦੋਨੋਂ ਮੰਨ ਲੈ ਹਾਂ ਕੁਲਵੀਰ ਆ ਜਾਓ ਸਲਮਾਨ ਬਾਹਰ ਨਹੀਂ ਜਾਣਾ ਕਿਉਂਕਿ ਵੱਡੀਆਂ ਕੁਸ਼ਤੀਆਂ ਨੇ ਪਹਿਲਵਾਨੋ ਟੈਕ ਕਰੋ ਹਾਰਾਂ ਜਿੱਤਾਂ ਲੱਗੀਆਂ ਰਹਿੰਦੀਆਂ ਵਾਕਿਆ ਹਾਰ ਜਿੱਤ ਦਾ ਫੈਸਲਾ ਉਸ ਪਰਮਾਤਮਾ ਦੇ ਹੱਥ ਵਿੱਚ ਉਸ ਰੱਬ ਦੇ ਹੱਥ ਵਿੱਚ ਭਾਈ ਖਮੋਸ਼ ਇਹ ਮਾਮ ਸੈਨ ਪਹਿਲਵਾਨ ਜੈਂਡਕੇ ਪੁਲਿਸ ਜੰਮੂ ਆਰਸਪੁਰਾ ਦਾ ਪਹਿਲਵਾਨ ਇੱਕ ਵਾਰੀ ਤਾੜੀਆਂ ਮਾਰੋ ਪਹਿਲੀ ਵਾਰ ਤੁਹਾਡੇ ਇਲਾਕੇ ਦੇ ਵਿੱਚ ਪੁੱਜਿਆ ਦੂਸਰੀ ਸਾਈਡ
ਬਲਬੀਰ ਪਹਿਲਵਾਨ ਕੋਟਪਲਵਾਲ ਜੰਮੂ। ਭਾਈ ਤਾੜੀਆਂ ਮਾਰਦੇ, ਬੜੀ ਵਧੀਆ ਕੁਸ਼ਤੀ ਹੈ। ਆਇਟਲ ਇੱਕ ਰਾ ਪੁਆਇੰਟ ਤੇ ਭਾਈ ਪਹਿਲਵਾਨ ਸਲਮਾਨ ਅੰਦਰ ਘੁੰਮ ਜਾਂਦਾ, ਅੰਦਰ ਘੁੰਮੋ ਸਲਮਾਨ, ਅੰਦਰ ਘੁੰਮੋ, ਕੋਈ ਮਿਸਲ ਨਹੀਂ ਬੈਠੀ, ਢਿੱਲ ਨਹੀਂ ਪੈਣਾ। ਅਨਿਲ ਭਾਈ ਦੋਨੋਂ ਪਹਿਲਵਾਨ ਨੋਟ ਕਰ ਦਿਓ, ਜੇ ਦੱਬ ਕੇ ਬਾਹਰ ਨਹੀਂ ਹੋਗੇ, ਬਾਹਰ ਦਾ ਕੋਈ ਪੁਆਇੰਟ ਨਹੀਂ, ਤਾਂ ਤੁਸੀਂ ਮਿੰਟ ਮਿੰਟ ਵੀ ਬਾਹਰ ਕਰਨਾ, ਹਰ ਮਿੰਟ ਵੀ ਬਾਹਰ ਕਰਨਾ। ਭਾਈ ਸਾਰੀ ਦੁਨੀਆ ਦੇਖਦੀ ਹੈ ਨਾ, ਕਿਤੇ ਦਰਸ਼ਕ ਕੱਲੀ ਕੱਲੀ ਨਜ਼ਰ ਜਿਹੜੀ ਪਹਿਲਵਾਨ ਦੇ ਹੈ, ਤੇ ਪਹਿਲਵਾਨ ਜੇ ਤੁਸੀਂ ਗਲਤ ਲੜਦੇ, ਸਾਰੇ ਦਰਸ਼ਕ ਤੁਹਾਨੂੰ ਪਸੰਦ ਕਰਦੇ, ਤਾਂ ਇੰਨੀ ਦੂਰ ਹੁੰਦੇ, ਤੇ ਇਸ ਲਈ ਧਿਆਨ ਦਿਆ ਕਰੋ ਪਹਿਲਵਾਨ, ਜੇ ਤੁਸੀਂ ਲੜਾਈ ਕਰਦੇ ਹੋ ਨਾ, ਤੇ ਦੁਨੀਆ ਦੀ ਨਜ਼ਰ ਦੇ ਵਿੱਚ ਤੁਸੀਂ ਪਹਿਲਵਾਨ ਨਹੀਂ ਮੰਨੇ ਜਾਂਦੇ, ਇਸ ਲਈ ਪਿਆਰ ਨਾਲ ਦਾ ਮਾਰੋ। ਚਲੋ ਚਲੋ ਵਿੱਚ ਆ ਜਾਓ, ਵਿੱਚ ਦੋਨੇ ਪਹਿਲਵਾਨਾਂ ਨੂੰ ਮਾਰਨੀ ਹੈ, ਸੁਨੀਲ ਤੇ ਸਲਮਾਨ, ਨਾਰੇ ਖੁੱਲ ਕੇ ਦਾ ਪੈ ਗਏ, ਲੈ ਜੋਰ, ਹਾਰ ਜਿੱਤ ਇਸ ਪਰਮਾਤਮਾ ਦੇ ਹੱਥ ਵਿੱਚ ਹੈ। ਭਾਈ ਕੁਲਵੀਰ ਦੇ ਮਾਮ ਕੁਸ਼ਤੀ ਸ਼ੁਰੂ ਕਰੋ, ਕੁਸ਼ਤੀ ਦਿਖਾਓ, ਆਵਾਮ ਦਾ ਮਨ ਖੁਸ਼ ਕਰੋ। ਲੈ ਗਿਆ ਕਹਿੰਦਾ ਜਿੱਤਣ ਜਿੱਤਣ ਹਰ ਕੋਈ ਕਹਿੰਦਾ, ਤੂੰ ਮਨ ਹਾਰਨ ਖੇਡ ਫਕੀਰਾ, ਉਹ ਜਿੱਤਣ ਦਾ ਮੁੱਲ ਕੋਟੀ ਪੈਂਦਾ, ਹਾਰਨ ਦਾ ਮੁੱਲ ਹੀਰਾ। ਵਾਕਿਆ ਜਿਹੜੇ ਹਾਰ ਹਾਰ ਕੇ ਜਿਹੜੇ ਹਾਰਦੇ ਨੇ, ਉਹਨਾਂ ਨੂੰ ਪਤਾ ਹੁੰਦਾ ਜਿੱਤ ਦਾ ਜਿਹੜਾ ਅਸਲੀ ਜਿਹੜਾ ਮਜ਼ਾ ਕੀ ਹੁੰਦਾ ਹੈ। ਦਲਜੀਤ ਹਾਂ, ਹੁਣ ਨਾਲ ਤੁਹਾਡੀ ਕੁਸ਼ਤੀ ਹੈ,